ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਵਸਿਆ ਸ਼ਹਿਰ ਮੰਡੀ, ਜਿੱਥੇ ਦਸਮ ਪਾਤਸ਼ਾਹ ਨੇ ਸੰਨ 1701 ਈਸਵੀ 'ਚ 500 ਸਿੰਘਾਂ ਦੇ ਜਥੇ ਸਮੇਤ ਆਪਣੇ ਮੁਬਾਰਕ ਚਰਨ ਪਾਏ। ਮੰਡੀ ਰਿਆਸਤ ਦਾ ਰਾਜਾ ਸਿੱਧ ਸੈਣ, ਜੋ ਆਪਣੇ ਪਰਿਵਾਰ, ਤਿੰਨਾਂ ਪੁੱਤਰਾਂ ਅਤੇ ਫੌਜਾਂ ਸਮੇਤ ਸੋਨੇ ਚਾਂਦੀ ਦੀ ਪਾਲਕੀ ਸ਼ਿੰਗਾਰ ਰਿਵਾਲਸਰ ਪਹੁੰਚਿਆ ਅਤੇ ਗੁਰੂ ਸਾਹਿਬ ਨੂੰ ਮੰਡੀ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ। ਇੰਨੀ ਨਿਮਰਤਾ ਦੇਖ ਗੁਰੂ ਸਾਹਿਬ ਨੇ ਅੰਮ੍ਰਿਤਮਈ ਬਚਨ ਉਚਾਰਨ ਕੀਤੇ। ਸਾਚ ਕਹੂੰ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਇਹ ਧਰਤੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇੱਥੇ ਸਾਹਿਬ 6 ਮਹੀਨੇ 18 ਦਿਨ ਰਹੇ ਹਨ। ਜੋ ਪੰਚਮ ਪਾਤਸ਼ਾਹ ਜੀ ਦਰਬਾਰ ਸਾਹਿਬ ਦੇ ਵਿੱਚ ਬਿਰਾਜਮਾਨ ਸਨ, ਜੋ ਰਾਜਾ ਸਿੱਧ ਸੈਣ ਦਾ ਪਿਤਾ ਹੈ ਹਰੀ ਸੈਣ, ਉਸ ਸਮੇਂ ਮਹਾਰਾਜ ਜੀ ਦਾ ਸ਼ਰਧਾਲੂ ਸੀ। ਉਹ ਮਹਾਰਾਜ ਦੇ ਦਰਸ਼ਨਾਂ ਵਾਸਤੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਗਿਆ। ਜਦੋਂ ਉੱਥੇ ਗਿਆ, ਉੱਥੋਂ ਮੱਥਾ ਟੇਕਿਆ ਔਰ ਸ਼ਬਦ ਚੱਲਦਾ ਪਿਆ ਸੀ, ਰੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ, ਭਾਵ ਕਿ ਰਾਜੇ ਨੂੰ ਇਸ ਗੱਲ ਦੀ ਸਮਝ ਆ ਗਈ। ਰਾਜੇ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਜੋ ਕਰਤਾਰ ਨੇ ਲਿਖਿਆ ਉਹ ਕੋਈ ਮੇਟ ਨਹੀਂ ਸਕਦਾ। ਜਦੋਂ ਇਹ ਗੱਲ ਸੁਣੀ ਤਾਂ ਉਹ ਵਾਪਸ ਜਾਣ ਲੱਗਾ ਕਿ ਜਦੋਂ ਕਰਤਾਰ ਵੀ ਲੇਖ ਨੂੰ ਨਹੀਂ ਮੇਟ ਸਕਦਾ ਤਾਂ ਫਿਰ ਫਾਇਦਾ ਕੀ ਸਾਨੂੰ ਗੁਰੂ ਘਰ ਆਉਣ ਦਾ। ਉਸਨੇ ਜਾਣ ਦੀ ਤਿਆਰੀ ਕਰ ਲਈ। ਗੁਰੂ ਸਾਹਿਬ ਤੋਂ ਜਦੋਂ ਉਹਨੇ ਆਗਿਆ ਮੰਗੀ, ਗੁਰੂ ਸਾਹਿਬ ਅੰਤਰਜਾਮੀ ਸਨ, ਉਹਨਾਂ ਕਿਹਾ ਨਹੀਂ ਤੁਸੀਂ ਅੱਜ ਰਾਤ ਰੁਕੋ ਸਾਡੇ ਕੋਲ। ਜਦੋਂ ਉਹ ਰਾਤ ਰੁਕੇ, ਰਾਤ ਨੂੰ ਇੱਕ ਸੁਪਨਾ ਆਇਆ ਰਾਜੇ ਨੂੰ। ਸੁਪਨੇ ਦੇ ਵਿੱਚ ਰਾਜਾ ਹੈ ਜੋ ਇੱਕ ਬ੍ਰਿਕਸ਼ ਦੇ ਥੱਲੇ ਬੈਠਾ ਹੋਇਆ ਹੈ। ਉੱਥੇ ਇੱਕ ਉਹਦਾ ਘਰ ਸ਼ੂਦਰ, ਉਹ ਖੁਦ ਇੱਕ ਸ਼ੂਦਰ ਹੈ ਔਰ ਸ਼ੂਦਰ ਦੇ 4-5 ਬੱਚੇ ਹਨ ਉਸ ਰਾਜੇ ਦੇ, ਔਰ ਉਹ ਆਪਣੇ ਘਰ ਤੋਂ ਗੁੰਮ ਹੋਇਆ ਹੈ। ਉਸਦੀ ਪਤਨੀ ਲੱਭਦੀ ਉਸਨੂੰ ਉਸ ਵਰਿਕਸ਼ ਦੇ ਥੱਲੇ ਆ ਕੇ ਉਸਦਾ ਹੱਥ ਫੜਿਆ, ਹੱਥ ਫੜ ਕੇ ਪਿੰਡ ਵੱਲ ਨੂੰ ਲਿਜਾਣ ਲੱਗੀ। ਜਦੋਂ ਇੰਨਾ ਗੱਲ ਦਾ ਰੌਲਾ ਪਿਆ ਤਾਂ ਪਿੰਡ ਵਾਲੇ ਇਕੱਠੇ ਹੋ ਗਏ। ਪਿੰਡ ਵਾਲਿਆਂ ਨੇ ਇਹ ਗੱਲ ਕਹੀ ਕਿ ਨਹੀਂ, ਸੱਚਮੁੱਚ ਹੀ ਇਹ ਬੰਦਾ ਇੱਥੋਂ ਦਾ ਹੀ ਹੈ। ਜਦੋਂ ਇੰਨੀ ਗੱਲ ਹੋਈ ਤਾਂ ਉਸ ਸਮੇਂ ਗੁਰੂ ਸਾਹਿਬ ਸ਼ਿਕਾਰ ਕਰਨ ਲਈ ਘੋੜੇ ਦੇ ਉੱਤੇ ਆਏ ਸਨ। ਗੁਰੂ ਸਾਹਿਬ ਨੇ ਜਾ ਕੇ ਉੱਥੇ ਉਹਨਾਂ ਨੇ ਕਿਹਾ ਕਿ ਜੇ ਦੇਖੋ ਅਸੀਂ ਇਸ ਨੂੰ ਹੁਣ ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਕਿ ਅਸੀਂ ਉਸ ਨੂੰ ਦਫਨਾਇਆ। ਉਸ ਸਮੇਂ ਉਸ ਦਫਨਾਉਣ ਦੀ ਰਸਮ ਚੱਲਦੀ ਸੀ। ਉਹਨਾਂ ਕਿਹਾ ਕਿ ਤੁਸੀਂ ਉਹ ਕਬਰ ਪੁੱਟੋ ਔਰ ਦੇਖੋ ਤੁਹਾਡਾ ਬੰਦਾ ਕਿੱਥੇ ਹੈ। ਜਦੋਂ ਉਹ ਕਬਰ ਪੁੱਟੀ ਗਈ, ਉਹ ਬੰਦਾ ਜੋ ਉਹ ਸ਼ੂਦਰ ਸੀ ਉਸੇ ਕਬਰ 'ਚੋਂ ਨਿਕਲਿਆ ਔਰ ਰਾਜੇ ਹਰੀ ਸੈਣ ਨੂੰ ਮਹਾਰਾਜ ਜੀ ਲੈ ਕੇ ਆਪਣੇ ਨਾਲ ਆ ਗਏ। ਉਸ ਦਿਨ ਤੋਂ ਉਸਦਾ ਸ਼ੰਕਾ ਨਿਵਰਤ ਹੋ ਗਿਆ ਕਿ ਗੁਰੂ ਜੋ ਹੈ, ਗੁਰੂ ਸਮਰੱਥ ਹੈ, ਗੁਰੂ ਲੇਖਾਂ ਨੂੰ ਵੀ ਕੱਟ ਸਕਦਾ ਹੈ। ਇਸ ਦੇ ਪਰਿਵਾਰ ਦੇ ਵਿੱਚ ਇਸ ਸ਼ਰਧਾ ਨੂੰ ਲੈ ਕੇ ਇਹ ਪਰਿਵਾਰ ਮੰਡੀ ਦੇ ਵਿੱਚ ਰਾਜ ਕਰ ਰਿਹਾ ਹੈ। ਇੱਥੇ ਹੁਣ ਰਾਜ ਹੋ ਗਿਆ ਰਾਜਾ ਸਿੱਧ ਸੈਣ ਦਾ। ਇਹ ਜੋ ਰਾਜਾ ਸਿੱਧ ਸੈਣ ਹੈ, ਇਹ ਗੁਰੂ ਸਾਹਿਬ ਦਾ ਬੜਾ ਹੀ ਸ਼ਰਧਾਲੂ ਹੈ। 1701 ਈਸਵੀ ਦੇ ਵਿੱਚ ਪਹਾੜੀ ਰਾਜਿਆਂ ਨੇ ਇੱਕ ਵਿਉਂਤ ਬਣਾਈ। ਉਹਨਾਂ ਕਿਹਾ ਕਿ ਦੇਖੋ ਗੁਰੂ ਬਹੁਤ ਤਾਕਤਵਰ ਹੈ, ਜੇ ਅਸੀਂ ਗੁਰੂ ਨੂੰ ਆਪਣੇ ਨਾਲ ਮਿਲਾ ਲਿਆ ਤਾਂ ਇਹਦਾ ਮਤਲਬ ਸਮਝੋ ਕਿ ਸਾਡਾ ਰਾਜਪਾਟ ਕੋਈ ਨਹੀਂ ਖੋ ਸਕਦਾ। ਉਹਨਾਂ ਨੇ ਵਿਉਂਤ ਬਣਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਆਵੋ। ਜਦੋਂ ਗੁਰੂ ਸਾਹਿਬ ਜੀ ਉਹਨਾਂ ਕੋਲ ਆਏ ਤਾਂ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਤੁਸੀਂ ਸਾਡੇ ਨਾਲ ਰਲ ਜਾਓ ਜਾਂ ਸਾਨੂੰ ਆਪਣੇ ਨਾਲ ਰਲਾ ਲਓ। ਉਹਨਾਂ ਨੇ ਕਿਹਾ ਜੇ ਤੁਸੀਂ ਸਾਡੇ ਨਾਲ ਰਲਣਾ ਹੈ ਤਾਂ ਤੁਹਾਨੂੰ ਖੰਡੇ ਬਾਟੇ ਦੀ ਪਹੁਲ ਛਕਣੀ ਪਏਗੀ। ਉਹਨਾਂ ਕਿਹਾ ਕਿ ਠੀਕ ਹੈ, ਅਸੀਂ ਖੰਡੇ ਬਾਟੇ ਦੀ ਪਹੁਲ ਛੱਕ ਲੈਂਦੇ ਹਾਂ, ਪਰ ਉਹਦੀ ਇੱਕ ਸ਼ਰਤ ਹੈ ਕਿ ਸਾਡੇ ਰਾਜਪੂਤਾਂ ਵਾਸਤੇ, ਰਾਜ ਘਰਾਣਿਆਂ ਵਾਸਤੇ ਤੁਸੀਂ ਅੰਮ੍ਰਿਤ ਅਲੱਗ ਤਿਆਰ ਕਰੋਗੇ। ਗੁਰੂ ਸਾਹਿਬ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਇਹ ਗੁਰੂ ਘਰ ਦੀ ਰੀਤ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਜੋ ਹੈ ਉਹ ਸਮਸਤ ਜਨ, ਕੋਈ ਵੀ ਜਨ ਕਿਸੇ ਵੀ ਵਰਨ ਦਾ ਹੋਵੇ ਉਸੇ ਹੀ ਬਾਟੇ ਦੇ ਵਿੱਚੋਂ ਛਕੇਗਾ। ਗੁਰੂ ਸਾਹਿਬ ਦੇ ਮਨ੍ਹਾ ਕਰਨ 'ਤੇ ਉਹਨਾਂ ਨੇ ਉਹ ਸਾਰੇ ਨਾਰਾਜ਼ ਹੋ ਕੇ ਉੱਥੋਂ ਚਲੇ ਗਏ। ਉਸ ਸਮਾਂ ਰਾਜਾ ਸਿੱਧ ਸੈਣ ਗਿਆ ਮਹਾਰਾਜ, ਉੱਥੇ 1 ਮਹੀਨਾ ਰਹੇ ਨੇ ਰਿਵਾਲਸਰ ਦੇ ਵਿੱਚ। ਰਿਵਾਲਸਰ ਦੇ ਵਿੱਚ ਰਾਜਾ ਸਿੱਧ ਸੈਣ ਆਪਣੇ 3 ਪੁੱਤਰਾਂ ਨੂੰ ਨਾਲ ਲੈ ਕੇ ਗਿਆ। ਜਾ ਕੇ ਬੇਨਤੀ ਕੀਤੀ, ਸਾਹਿਬ ਕਿਰਪਾ ਕਰੋ, ਮੰਡੀ ਨੂੰ ਭਾਗ ਲਾਓ। ਜਦੋਂ ਸਾਹਿਬ ਨੇ ਉਹਦੀ ਸ਼ਰਧਾ ਭਾਵਨਾ ਵੇਖੀ ਤਾਂ ਉਹਨਾਂ ਨੇ ਉੱਥੇ ਸ਼ਬਦ ਉਚਾਰਨ ਕੀਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਦੀ ਸ਼ਰਧਾ ਭਾਵਨਾ ਵੇਖ ਕੇ ਮਹਾਰਾਜ ਜੀ ਦੇ ਨਾਲ 500 ਘੋੜ ਸਵਾਰ ਨੇ, ਮਾਤਾ ਗੁਜਰ ਕੌਰ ਜੀ ਨਾਲ ਨੇ, 4 ਸਾਹਿਬਜ਼ਾਦੇ ਨਾਲ ਨੇ, 5 ਪਿਆਰੇ ਨਾਲ ਨੇ। ਉਸ ਸਮੇਂ ਰਣਜੀਤ ਨਗਾਰਾ ਵੱਜਿਆ। ਉਸ ਸਮੇਂ 5
ਸਿੰਘਾਂ ਨੇ ਹੁਕਮ ਲਾਇਆ, ਸਾਰੇ ਸਿੰਘ ਤਿਆਰੀ ਕਰਕੇ ਘੋੜਿਆਂ ਉੱਤੇ ਸਵਾਰ ਹੋ ਕੇ ਗੁਰੂ ਸਾਹਿਬ ਜੀ ਦੇ ਸਮੇਤ ਜਦੋਂ ਚੱਲਣ ਦੀ ਤਿਆਰੀ ਕੀਤੀ ਤਾਂ ਰਾਜੇ ਨੇ ਇੱਕ ਸੋਨੇ ਔਰ ਚਾਂਦੀ ਦੀ ਮੜੀ ਹੋਈ ਪਾਲਕੀ ਜੋ ਉੱਥੇ ਆਪਣੇ ਪੁੱਤਰਾਂ ਦੇ ਨਾਲ ਲੈ ਕੇ ਗਿਆ। ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਪਾਲਕੀ ਦੇ ਵਿੱਚ ਵਿਰਾਜਮਾਨ ਹੋ ਜਾਵੋ। ਜਦੋਂ ਗੁਰੂ ਸਾਹਿਬ ਜੀ ਉਸ ਪਾਲਕੀ ਦੇ ਵਿੱਚ ਬੈਠੇ, ਰਾਜੇ ਸਿੱਧ ਸੈਨ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਨਾਲ ਲੈ ਕੇ ਉਹ ਪਾਲਕੀ ਆਪਣੇ ਮੋਢਿਆਂ 'ਤੇ ਰੱਖ ਕੇ ਉਹ ਚਾਰਾਂ ਜਣਿਆਂ ਨੇ ਰਵਾਲਸਰ ਤੋਂ ਮੰਡੀ ਵਿਖੇ ਆਪਣੇ ਮਹਿਲ ਵਿਖੇ ਲੈ ਕੇ ਆਉਂਦਾ। ਸਾਹਿਬ ਦੋ ਤਿੰਨ ਦਿਨ ਉੱਥੇ ਰਹੇ, ਮਿਹਰ ਬਖਸ਼ਿਸ਼ ਕੀਤੀ ਔਰ ਉਹਨਾਂ ਨੇ ਜਦੋਂ ਰਵਾਲਸਰ ਜਦੋਂ ਮੰਡੀ ਤੋਂ ਉਹਨਾਂ ਦੇ ਮਹਿਲ ਰਾਜਮਹਿਲ ਜੋ ਅਜੇ ਇੱਥੇ ਵੀ ਸਥਿਤ ਹੈ ਮਹਿਲ ਦੇ ਉੱਤੇ ਸਾਹਿਬ ਟਹਿਲਣ ਦੇ ਲਈ ਇੱਧਰ ਆਏ, ਉਹਨਾਂ ਨੂੰ ਇਹ ਜੋ ਜਗ੍ਹਾ ਜਿੱਥੇ ਅਸੀਂ ਖੜ੍ਹੇ ਹਾਂ ਇਹ ਜਗ੍ਹਾ ਬਹੁਤ ਰਮਣੀਕ ਲੱਗੀ। ਇੱਥੇ ਸਾਹਿਬ 6 ਮਹੀਨੇ 18 ਦਿਨ ਰਹੇ। ਰਮਣੀਕ ਜਗ੍ਹਾ 'ਤੇ ਸੁਭਾਇਮਾਨ ਹੋਣ ਕਾਰਨ ਇਸ ਮਹਾਨ ਇਤਿਹਾਸਕ ਅਸਥਾਨ 'ਤੇ ਨਤਮਸਤਕ ਹੋਣ ਦੇ ਲਈ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚਦੀਆਂ ਹਨ ਅਤੇ ਦਰਸ਼ਨ ਦੀਦਾਰੇ ਕਰ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀਆਂ ਹਨ।